दोस्तों इस समय असी मुकेरियां दे पिंड महतापुर विच मौजूद हाँ जिथे कल तो पानी भरना शुरू होया सी। तस्वीरां तुहाडे नाल सांझियां कर रहे हैं जिथे तुसीं देख सकते हो कि पानी दे नाल सारे पासे घरां दे विच बर्बादी हुई है। जिधर भी देखो पानी ही पानी नज़र आ रहा है। उत्थे ही तस्वीरां तुहाडे नाल सांझियां कर रहे हैं कैमरामैन नूं कहांगा दिखाउण नूं कि किवें लोकां ने अपने बचाव दे लई अपने पानी नूं रोकण वास्ते मिट्टी भर के बोरियां दे नाल रोकिया होया आ। नाल ही घर दियां वी तुहानूं तस्वीरां दिखावांगे अगे कि घर दे विच किवें पानी एंटर करदा। सत श्री अकाल जी, की नाम है जी तुहाडा? दर्शन सिंह, सूबेदार दर्शन सिंह। किहो जिहे हालात आ जी जेकर गल करिए तां? बहुत माड़े आ जी, इत्थों माड़े हो ही नहीं सकते। ये तो 88 नालों भी भैड़ा, तां कि ये तो सारा प्रशासन ने मतलब जिहड़ा जकदम पानी छड्डिया ना जी, ये एक बहुत बड़ी बहुत नुकसान हो रहा। अच्छा, महतापुर पिंड चार सफेरियों पानी नाल घिरिया होया, ये तुसीं देख ही रहे हो पिंड दी हालात किहो जिही है। ਜੇਕਰ ਗੱਲ ਕਰੀਏ ਤਾਂ ਜੇਕਰ ਹੁਣ ਰੋਟੀ ਪਾਣੀ ਤੋਂ ਔਖਾ ਹੋ ਜਾਂਦਾ ਜਦੋਂ ਪਾਣੀ ਆ ਜਾਂਦਾ, ਅਤੇ ਕਿਹੋ ਜਿਹੇ ਫਿਰ ਹਾਲਾਤ ਆ, ਕਿਵੇਂ ਚੱਲ ਰਿਹਾ ਖਾਣਾ ਪਾਣੀ? ਫਿਰ ਖਾਣਾ ਪਾਣੀ ਕੁਛ ਬਾਹਰ ਦੇ ਲੋਕ ਵੀ ਟਰਾਲੀਆਂ ਦੀ ਮਦਦ ਕਰ ਰਹੇ, ਅਤੇ ਪਹਿਲਾਂ ਵੀ ਘਰਾਂ ਦਾ ਰਾਸ਼ਨ ਦਾ ਤੱਕ ਚਲੋ ਕੰਮ, ਮਿਹਰਬਾਨੀ ਹੈ ਕਿਰਪਾ ਮਾਲਕ ਦੀ, ਚੱਲ ਰਿਹਾ ਕੰਮ। ਅਤੇ ਜੇ ਇਹੀ ਹਾਲਾਤ ਰਹੀ ਤਾਂ ਫਿਰ ਤਾਂ ਬਹੁਤ ਵੱਡੀ। ਜੇਕਰ ਤੁਸੀਂ ਦੇਖ ਰਹੇ ਹੋਵੋਗੇ ਕਿ ਪਾਣੀ ਘਟਿਆ ਆ ਜਾਂ ਪਾਣੀ ਉਸੇ ਤਰ੍ਹਾਂ ਚੱਲ ਰਿਹਾ ਜਾਂ ਪਾਣੀ ਵੱਧ ਗਿਆ ਜੀ? ਨਹੀਂ, ਪਾਣੀ ਘਟਿਆ ਨਹੀਂ, ਪਾਣੀ ਦਾ ਲੈਵਲ ਉਹੀ ਚੱਲ ਰਿਹਾ, ਪਿੱਛੋਂ ਪ੍ਰੈਸ਼ਰ ਉਹੀ ਆ ਰਿਹਾ ਜਦ ਤੱਕ ਉੱਪਰੋਂ ਜਿਹੜੀ ਤੁਸੀਂ ਟੁੱਟੀ ਹੋਈ ਹੈ ਜਾਂ ਜਦ ਤੱਕ ਉਸਦਾ ਬੰਦੋਬਸਤ ਨਹੀਂ ਹੁੰਦਾ, ਇਹ ਪਾਣੀ ਇਵੇਂ ਚੱਲਦਾ ਰਹਿਣਾ ਸਾਡੇ ਹਿਸਾਬ ਨਾਲ, ਤਾਂ ਇਵੇਂ ਚੱਲੂਗਾ। ਨੁਕਸਾਨ ਦੀ ਗੱਲ ਕਰੀਏ ਤਾਂ ਕਾਫ਼ੀ ਨੁਕਸਾਨ ਹੋ ਚੁੱਕਿਆ, ਘਰਾਂ ਦੇ ਵਿੱਚ ਪਾਣੀ ਭਰ ਚੁੱਕਿਆ, ਸਮਾਨ ਵੀ ਖਰਾਬ ਹੋ ਚੁੱਕਿਆ ਆ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਤਾਂ ਅਜੇ ਜੀ ਪੂਰਾ ਤਾਂ ਐਸਟੀਮੇਟ ਨਹੀਂ ਲੱਗ ਸਕਦਾ, ਫਿਰ ਵੀ ਘਰਾਂ ਦਾ ਜਿਵੇਂ ਬਾਹਰ ਘਰ ਆ ਉਹ ਸਾਰੇ ਡੁੱਬ ਗਏ, ਚਾਰ ਚਾਰ ਪੰਜ ਪੰਜ ਫੁੱਟ ਪਾਣੀ ਹੈ, ਇਹਦੇ ਲੱਖਾਂ ਦੇ ਹਿਸਾਬ 'ਚ ਗਿਣਤੀ ਜਾਊਗੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹ ਪਾਣੀ ਦਾ ਬੰਦੋਬਸਤ ਕਰੇ, ਜੇ ਅਗਰ ਛੱਡਣਾ ਹੀ ਹੈ ਤਾਂ ਕਿਤੇ ਟਾਈਮ ਨਾਲ ਛੱਡੋ, ਇੱਕ ਜਾਂ ਦੋ ਘਰੇ ਖੋਲ੍ਹੋ, ਇਹ 52 ਇਕੱਠੇ ਘਰੇ ਖੋਲ੍ਹ ਤੇ, ਇਹ ਤਾਂ ਪੰਜਾਬ ਦੀ ਤਬਾਹੀ ਕਰਨ ਵਾਲੀ ਗੱਲ ਹੈ। ਇਹ ਕੋਈ ਉਹ ਜਿਹੜਾ ਭਾਖੜੇ ਦਾ ਡੈਮ ਛੱਡਣਾ ਸੀ ਉਹ ਗੱਲ ਵੱਖਰੀ ਹੈ, ਪਰ ਇਹ ਤਾਂ ਪੰਜਾਬ ਦੀ ਸਰਕਾਰ ਵੱਲੋਂ ਤਬਾਹੀ ਕਰਨ ਵਾਲੀ ਸੈਂਟਰਲ ਗੌਰਮੈਂਟ ਦੀ ਚਾਲ ਹੈ ਕਿ ਉਹ ਇਸ ਪਿੰਡਾਂ ਨੂੰ, ਪੰਜਾਬ ਦਾ ਜਿਹੜਾ ਰਵੱਈਆ ਲੋਕ ਸੁਖੀ ਬਸਦੇ ਉਹਨਾਂ ਨੂੰ ਦੁਖੀ ਕਰਨ ਦੇ ਚੱਕਰ 'ਚ ਪਈ ਹੋਈ ਹੈ। ਮੇਰੇ ਨਾਲ ਮਾਤਾ ਜੀ ਵੀ ਮੌਜੂਦ ਆ। ਕਾਫ਼ੀ ਘਰ ਦਾ ਜਿਹੜਾ ਦੁੱਖ ਹੁੰਦਾ ਜਦੋਂ ਪਾਣੀ ਇਸ ਤਰ੍ਹਾਂ ਦੇ ਨਾਲ ਭਰ ਜਾਂਦਾ, ਕਿਹੋ ਜਿਹੇ ਹਾਲਾਤ ਆ ਮਾਤਾ ਜੀ? ਬਥੇਰੇ ਔਖੇ ਹੋਣ ਡੇ, ਕੱਲ੍ਹ ਦੇ ਬੋਰੂ ਭਰ ਭਰ ਕੇ ਲਾਏ ਨਾਲ ਪਰਾਹੁਣੇ ਸੱਦੇ ਦੇ ਹੀ, ਬਥੇਰੀ ਔਖੇ ਹੋਏ ਆ, ਅਸੀਂ ਤਾਂ ਕੀ ਕਰੀਏ ਹੁਣ। ਨੁਕਸਾਨ ਦੀ ਗੱਲ ਕਰੀਏ ਤਾਂ ਨੁਕਸਾਨ ਕਿੰਨਾ ਕੁ ਹੋ ਗਿਆ ਲੱਗਦਾ? ਬਥੇਰਾ ਹੁਣ ਦਾਣੇ ਸਾਰੇ ਭੇਜ ਗਿਆ, ਸਾਰਾ ਸਮਾਨ ਭੇਜ ਗਿਆ, ਅੰਦਰਾਂ 'ਚ ਕਮਰ ਨੀਵੇਂ ਜਿੱਧਰੋਂ ਭੇਜ ਗਿਆ, ਕੰਧਾਂ ਬਹਿ ਗਈਆਂ, ਪਿੱਛੋਂ ਦੀ ਪਾਣੀ ਆਉਣ ਡਿਆ ਅੰਦਰਾਂ ਨੂੰ। ਅੱਛਾ ਜੀ, ਹਾਂਜੀ, ਪਿੱਛੇ ਅਜੇ ਜਗ੍ਹਾ ਛੱਡੀ ਦੀ, ਅਸੀਂ ਤਾਂ ਵੀ ਕਮਾਂ ਜਦੋਂ ਇੱਟਾਂ ਬਹਿ ਗਈਆਂ ਉੱਧਰੋਂ ਦੇਖੋ ਜਗ੍ਹਾ ਸਾਰੀਆਂ ਇੱਟਾਂ ਬਹਿ ਗਈਆਂ ਥੱਲੇ ਪਾਣੀ ਅੰਦਰਾਂ ਨੂੰ ਜਾਣ ਵਾਲਾ ਹੀ ਆ। ਪਿੰਡ ਦੇ ਜੇਕਰ ਪਿੰਡ ਦੇ ਅਸੀਂ ਦੇਖ ਕੇ ਆਏ ਹਾਂ ਹਾਲਾਤ, ਤਕਰੀਬਨ ਪਿੰਡ 'ਚ ਇਹੀ ਹਾਲਾਤ ਬਣੇ ਹੋਏ ਆ, ਪਾਣੀ ਸਾਰਾ ਭਰਿਆ ਹੋਇਆ ਆ, ਘਰੋਂ ਬਚ ਗਏ ਜਰਾ ਕੁ, ਜਿਹੜਾ ਨੀਵੇਂ ਘਰਾਂ 'ਚ ਤਾਂ ਬਹੁਤ ਨੁਕਸਾਨ ਹੋਣ ਡਿਆ ਹੈ। ਕੋਈ ਪ੍ਰਸ਼ਾਸਨ ਵੱਲੋਂ ਪਹੁੰਚਿਆ ਮਾਤਾ ਜੀ ਕੋਈ ਰੋਟੀ ਪਾਣੀ ਲੈ ਕੇ ਕਿ ਅਸੀਂ ਰੋਟੀ ਪਾਣੀ ਲੈ ਕੇ? ਇੱਧਰ ਬਾਰ ਇੱਧਰ ਨੂੰ ਤਾਂ ਕੋਈ ਨਹੀਂ ਆਇਆ, ਇੱਧਰ ਕਹਿੰਦੇ ਪਿੱਛੇ ਆਏ, ਅੱਜ ਵੀ 8:43 ਸਵੇਰੇ, ਰਾਤੀ ਵੀ ਮੰਜਪੁਰਿਆਂ ਫੋਨ ਆਇਆ 8:43 ਆਈ ਆ, ਪਿੰਡਾਂ ਵਾਲੇ ਲੈ ਕੇ ਆਈ ਆ, ਪ੍ਰਸ਼ਾਸਨ ਦਾ ਨਹੀਂ ਪਤਾ, ਪਿੰਡਾਂ ਵਾਲੇ ਮੰਜਪੁਰਿਆਂ ਵੀ ਰਾਤੀ 8:43 ਆਈਆਂ, ਹੁਣ ਵੀ ਆਉਣ ਡੀਆਂ, ਉੱਧਰ ਪਰੇ ਦਿੰਦੇ ਆ, ਇੱਧਰੋਂ ਚੱਲ ਮਾਲਕ ਦੀ ਮਿਹਰ ਆ, ਸਾਰਾ ਅੰਦਰ ਜਰਾ ਸੁੱਕਾ ਹੀ ਬਣਾ ਲਈ, ਅਸੀਂ ਤਾਂ ਆਪ ਹੀ ਬਣ ਲਈ ਆ। ਹਾਂਜੀ, ਅਸੀਂ ਗੱਲ ਕਰ ਰਹੇ ਸੀ, ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਕੁਝ ਨਾਰਾਜ਼ਗੀ ਵੀ ਜਿਹੜੀ ਆ ਪ੍ਰਸ਼ਾਸਨ ਵੱਲੋਂ ਉਹ ਲੋਕਾਂ ਦੇ ਵਿੱਚ ਹੈ ਕਿ ਜਿਹੜਾ ਪਾਣੀ ਭਰਿਆ ਪਰ ਪ੍ਰਸ਼ਾਸਨ ਮੌਜੂਦ ਨਹੀਂ ਆਇਆ, ਅਤੇ ਉੱਥੇ ਜਿਹੜੇ ਆਸ ਪਾਸ ਦੇ ਲੋਕ ਆ ਉਹ ਆਪਣੇ ਵੱਲੋਂ ਮਦਦ ਕਰ ਰਹੇ ਆ। ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਹਾਂ ਕਿ ਪਾਣੀ ਇਸ ਸਮੇਂ ਪੂਰਾ ਗਲੀਆਂ ਦੇ ਵਿੱਚ ਭਰਿਆ ਹੋਇਆ। ਇਸ ਦੀ ਜਿਹੜੀ ਮੇਨ ਗੱਲ ਆ ਕਿ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣ ਨੂੰ ਕਿ ਪਾਣੀ ਦੇ ਨਾਲ ਜਿਹੜੀਆਂ ਘਰਾਂ ਦੇ ਵਿੱਚ ਦਰਾਰਾਂ ਪੈਣੀਆਂ ਵੀ ਸ਼ੁਰੂ ਹੋ ਗਈਆਂ ਆ। ਪਾਣੀ ਜਿੰਨੀ ਦੇਰ ਤੱਕ ਪਾਣੀ ਜਮ੍ਹਾਂ ਰਹੇਗਾ, ਪਾਣੀ ਦੀ ਜਿਹੜੀ ਸਲਾਬ ਆ ਇਹ ਕੰਧਾਂ ਨੂੰ ਚੜ੍ਹਦੀ ਰਹੇਗੀ, ਉਸ ਨਾਲ ਜਿਹੜੀਆਂ ਕੰਧਾਂ ਵੀ ਜਿਹੜੀਆਂ ਖੋਖਲੀਆਂ ਹੁੰਦੀਆਂ ਰਹਿਣਗੀਆਂ। ਤੁਹਾਡੇ ਨਾਲ ਤਸਵੀਰਾਂ ਹੋਰ ਵੀ ਸਾਂਝੀਆਂ ਕਰਦੇ ਰਹਾਂਗੇ। ਮੈਂ ਗੁਰਪ੍ਰੀਤ ਸਿੰਘ, ਪੰਜਾਬ ਨਿਊਜ਼ ਸਟੋਰੀ ਦੇ ਨਾਲ, ਮਕੇਰੀਆਂ ਤੋਂ।